ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਵਜਾਉਣ ਵਾਲੇ ਬਿਆਨ ਤੇ ਬੋਲੇ ਅਮਰੀਕ ਸਿੰਘ ਢਿੱਲੋਂ। ਕਿਹਾ ਪ੍ਰਧਾਨ ਦਾ ਹੋ ਸਕਦਾ ਹੈ ਨਿੱਜੀ ਫੈਸਲਾ। ਲੁਧਿਆਣਾ ਦੇ ਸਥਾਨਕ ਸਰਕਟ ਹਾਊਸ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਬੈਠਕ ਹੋਈ। ਦੇਸ਼ ਦੀ ਅਗਵਾਈ ਚੇਅਰਮੈਨ ਇੰਡਸਟਰੀ ਬੋਰਡ ਕ੍ਰਿਸ਼ਨ ਕੁਮਾਰ ਬਾਵਾ ਅਤੇ MLA ਅਮਰੀਕ ਸਿੰਘ ਢਿੱਲੋਂ ਨੇ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਉਹਨਾਂ ਫਾਊਂਡੇਸ਼ਨ ਦੀ ਯਾਤਰਾ ਸੰਬੰਧੀ ਗੱਲਬਾਤ ਕੀਤੀ, ਉੱਥੇ ਹੀ ਉਹ ਵੱਖ ਵੱਖ ਮਾਮਲਿਆਂ 'ਤੇ ਵੀ ਬੋਲਦੇ ਹੋਏ ਨਜ਼ਰ ਆਏ। ਇਹ ਜੋ ਪ੍ਰੈਸ ਮਿਲਣੀ ਦਾ ਪ੍ਰੋਗਰਾਮ ਬਣਾਇਆ ਗਿਆ, ਜਿਹੜਾ ਕਿ ਅਸੀਂ 18ਵਾਂ ਜੱਥਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਨੰਦੇੜ 1 ਸਤੰਬਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੋਂ 6:30 ਵਜੇ ਸੱਚਖੰਡ ਐਕਸਪ੍ਰੈਸ ਰਾਹੀਂ ਚੱਲਾਂਗੇ, 8:30 ਚੰਡੀਗੜ੍ਹ ਪਹੁੰਚਾਂਗੇ ਅਤੇ ਉਸ ਤੋਂ ਬਾਅਦ ਅੰਬਾਲਾ, ਕੁਰਕਸ਼ੇਤਰ ਐਂ ਵੱਖ ਵੱਖ ਸਟੇਸ਼ਨਾਂ 'ਤੇ ਫਾਊਂਡੇਸ਼ਨ ਵੱਲੋਂ ਹਰਿਆਣੇ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਅਤੇ ਬੈਰਾਗੀ ਮਹਾਂਮੰਡਲ ਵੱਲੋਂ ਸਾਰੇ ਜੱਥੇ ਦਾ ਸਵਾਗਤ ਕੀਤਾ ਜਾ ਰਿਹਾ, ਸਨਮਾਨ ਕੀਤਾ ਜਾ ਰਿਹਾ। ਇਸ ਤਰ੍ਹਾਂ 11 ਸਟੇਸ਼ਨਾਂ 'ਤੇ ਵਿਸ਼ੇਸ਼ ਸਮਾਗਮ ਹੋ ਰਹੇ ਨੇ। ਅਸੀਂ 2 ਤਾਰੀਖ ਨੂੰ 2:15 ਵਜੇ ਪਹੁੰਚਾਂਗੇ ਹਜ਼ੂਰ ਸਾਹਿਬ ਨੰਦੇੜ ਅਤੇ 3 ਤਰੀਕ ਨੂੰ ਸਵੇਰੇ ਸੱਚਖੰਡ ਵਿਖੇ ਸ਼੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਣਗੇ। ਅਸੀਂ ਉੱਥੇ ਦੇ ਸਾਬਕਾ ਮੁੱਖ ਮੰਤਰੀ ਚੌਹਾਨ ਸਾਹਿਬ, ਅਸ਼ੋਕ ਚੌਹਾਨ ਜੀ ਨੂੰ ਵੀ ਬੁਲਾਇਆ ਉੱਥੇ ਸ਼ਾਮਿਲ ਹੋਣ ਲਈ ਅਤੇ ਉਸ ਤੋਂ ਬਾਅਦ 4 ਅਤੇ 5 ਨੂੰ ਨਾਨਕ ਝੀਰਾ ਵਿਖੇ ਸਮਾਗਮ ਹੋਣਗੇ, ਉੱਥੇ ਸੰਗਤਾਂ ਜਾਣਗੀਆਂ ਅਤੇ 6 ਤਰੀਕ ਨੂੰ ਭਗਤ ਨਾਮਦੇਵ ਜੀ ਦੇ ਅਸਥਾਨ 'ਤੇ ਸਾਰੀਆਂ ਸੰਗਤਾਂ ਜਾਣਗੀਆਂ, 7 ਤਰੀਕ ਨੂੰ ਗੁਰਤਾ ਗੱਦੀ ਦਿਵਸ ਦੇ ਜੋ ਉੱਥੇ ਵਿਸ਼ਾਲ ਸਮਾਗਮ ਹੋ ਰਹੇ ਨੇ ਉਹਨਾਂ ਦੇ ਵਿੱਚ ਹਿੱਸਾ ਲਵਾਂਗੇ ਅਤੇ 8 ਤਰੀਕ ਨੂੰ ਜੱਥਾ ਵਾਪਸ ਆਏਗਾ ਅਤੇ 9 ਨੂੰ ਲੁਧਿਆਣਾ ਆਏਗਾ। ਅਤੇ 2 ਗੱਲਾਂ ਮੈਂ ਹੋਰ ਐਡ ਕਰਨੀਆਂ ਚਾਹੁੰਦਾ ਕਿ ਇੱਕ ਤਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਲਾ ਯੂਨੀਵਰਸਿਟੀ ਬਣਾਈ। ਦੂਸਰਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਬੜਾ ਵੱਡਾ ਸਟੈਚੂ ਉਹਨਾਂ ਦਾ ਸਰਹੰਦ ਵਿਖੇ ਲਗਾਇਆ ਜਾ ਰਿਹਾ, ਮੈਂ ਉਹਨਾਂ ਉਹ ਇੱਕ ਬਹੁਤ ਵੱਡਾ ਮੈਨੂੰ ਲੱਗਦਾ ਕਿ 16 ਅਕਤੂਬਰ ਤੱਕ ਲੱਗ ਜਾਏਗਾ। ਅਸੀਂ ਧੰਨਵਾਦ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਿ ਇੱਕ ਵੱਡਾ ਫੈਸਲਾ ਉਹਨਾਂ ਨੇ ਲਿਆ। ਤੀਸਰਾ, ਅਸੀਂ ਕਰਦੇ ਹਾਂ ਕਿ ਬਾਬਾ ਜੋ ਕੇਂਦਰ ਸਰਕਾਰ ਹੈ, ਜੋ ਸਾਡੇ ਸੀਨੀਅਰ ਸਿਟੀਜ਼ਨ ਨੂੰ ਰਿਬੇਟ ਮਿਲਦਾ ਸੀ ਟਿਕਟ ਦੇ ਵਿੱਚ 40%, ਸਾਡੀਆਂ ਭੈਣਾਂ ਨੂੰ, ਸਾਡੇ ਉਹਨਾਂ ਬਜ਼ੁਰਗ ਮਾਤਾਵਾਂ ਨੂੰ, ਬਜ਼ੁਰਗਾਂ ਨੂੰ, ਉਹ ਰਿਬੇਟ ਤਾਂ ਖਤਮ ਕਰ ਦਿੱਤਾ। ਕਰੋਨਾ ਸਮੇਂ 50% ਰਿਜ਼ਰਵੇਸ਼ਨ ਹੁੰਦੀ ਸੀ, ਅੱਜ ਰਿਜ਼ਰਵੇਸ਼ਨ ਤਾਂ 100% ਕਰ ਦਿੱਤੀ, ਪਰ ਉਹ ਰਿਬੇਟ ਨਹੀਂ ਉਹਨਾਂ ਨੇ ਚਾਲੂ ਕੀਤਾ ਕਿ ਦੁਬਾਰਾ ਲੋਕਾਂ ਨੂੰ ਰਿਬੇਟ ਮਿਲ ਸਕੇ ਅਤੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਪੂਰੀ ਸੀਟ ਮਿਲੇ। ਇਹ ਮੈਂ ਸਮਝਦਾ ਕਿ ਸੈਂਟਰ ਗੌਰਮੈਂਟ ਇਹ ਦੋਨੇ ਚੀਜ਼ਾਂ 'ਤੇ, ਅਸੀਂ ਸਾਡੇ ਅਸ਼ਵਨੀ ਵੈਸ਼ਨਵ ਜੀ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਰੇਲਵੇ ਮੰਤਰੀ ਜੀ ਨੂੰ ਕਿ ਉਹ ਜਲਦੀ ਇਸ ਪਾਸੇ ਧਿਆਨ ਦੇਣ ਅਤੇ ਉਹ ਇਹ ਰਿਬੇਟ ਆ ਜਿਹੜਾ ਸੀਨੀਅਰ ਸਿਟੀਜ਼ਨ ਦੇ ਲਈ ਅਤੇ ਬੱਚਿਆਂ ਲਈ ਪੂਰੀ ਸੀਟ ਦਾ ਉਹ ਜਲਦੀ ਇਹ ਸੁਵਿਧਾ ਸ਼ੁਰੂ ਕਰਨ। ਅਤੇ ਮੈਂ ਅੱਜ ਜਿੱਥੇ ਫਿਰ ਇਹ ਕਹਿਣਾ ਚਾਹੁੰਦਾ ਕਿ 1 ਸਤੰਬਰ, ਕਿਉਂਕਿ 3 ਸਤੰਬਰ 1768 ਨੂੰ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਧੋ ਦਾਸ ਬੈਰਾਗੀ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਉਸ ਸਮੇਂ ਮਿਲਾਪ ਹੋਇਆ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੁਸੀਂ ਇਹ ਦੇਖੋ 3 ਸਤੰਬਰ 1768 ਨੂੰ ਮਿਲਾਪ ਹੁੰਦਾ, 12 ਮਈ 1710 ਨੂੰ ਸਰਹੰਦ ਫਤਿਹ ਹੁੰਦੀ ਹੈ, 14 ਮਈ ਨੂੰ ਫਤਿਹ ਦਾ ਝੰਡਾ ਲਹਿਰਾਇਆ ਜਾਂਦਾ। 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਨ ਵਾਲਾ ਉਹ ਮਹਾਨ ਯੋਧਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸ੍ਰੀ ਖੰਡਾ ਡੇਰਾ ਇੱਕ ਸੋਨੀਪਤ ਕੋਲ ਉੱਥੇ 9 ਮਹੀਨੇ ਰਹਿ ਕੇ ਉਹਨਾਂ ਨੇ ਆਪਣੀ ਫੌਜ ਤਿਆਰ ਕੀਤੀ ਅਤੇ ਉਹਨਾਂ ਨੇ, ਮੈਂ ਸਮਝਦਾ ਇੱਕ ਉਸ ਯੋਧੇ ਜਰਨੈਲ ਨੇ ਮੁਗਲ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ, ਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਕਿ ਲੈਂਡ ਟੂ ਟਿਲਰ ਹਲਵਾਹਕ ਹੀ ਜ਼ਮੀਨ ਦਾ ਮਾਲਕ ਹੋਵੇ। ਅਸੀਂ ਅੱਜ ਇਹ ਵੀ ਮੰਗ ਕਰਦੇ ਹਾਂ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਰੱਖਿਆ ਜਾਵੇ। ਪਰ ਇਹ ਦੁੱਖ ਦੀ ਗੱਲ ਹੈ ਕਿ ਲੰਮੇ ਸਮੇਂ ਤੋਂ, ਪਿਛਲੇ 20 ਸਾਲ ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ, ਕਿਸੇ ਵੀ ਸਰਕਾਰ ਦੇ ਕੰਨ 'ਤੇ ਜੂ ਨਹੀਂ ਸਰਕੀ। ਇਹ ਦੁੱਖ ਦੀ ਗੱਲ ਹੈ, ਚਾਹੇ ਸਰਕਾਰ ਕੋਈ ਵੀ ਹੋਵੇ। ਅਤੇ ਮੈਂ ਸਮਝਦਾ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ। ਉਹ ਯੋਧਾ ਜਰਨੈਲ ਜਿਹਨੇ ਕਿਸਾਨੀ ਦੀ ਗੱਲ ਕੀਤੀ ਹੈ, ਜਿਹਨੇ ਅੱਜ ਦੇ ਕਿਸਾਨਾਂ ਨੂੰ ਮੁਜ਼ਾਹਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ,
ਅਤੇ ਅੱਜ ਹੋਰ ਚਿਹਰਾ ਵੀ ਸਥਾਪਿਤ ਹੋ ਰਹੀਆਂ ਨੇ, ਹੋਰ ਰਹੀਆਂ ਨੇ। ਅਤੇ ਮੈਂ ਸਮਝਦਾ ਬਾਬਾ ਬੰਦਾ ਸਿੰਘ ਬਹਾਦਰ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨਾ ਸਰਕਾਰਾਂ ਦਾ, ਸਮਾਜ ਦਾ, ਸਾਡਾ ਸਭ ਦਾ ਫਰਜ਼ ਬਣਦਾ। ਮੈਂ ਸਾਰੇ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਫਾਊਂਡੇਸ਼ਨ ਦੇ ਪ੍ਰਧਾਨ ਕੇ ਕੇ ਬਾਬਾ ਜੀ ਅਤੇ ਸਾਡੇ ਸਾਰੇ ਮੈਂਬਰ ਸਾਹਿਬਾਨ, ਜਿਹੜੀ ਅੱਜ ਮਤਲਬ ਮੀਟਿੰਗ ਹੋਈ ਆ, ਉਸ ਦੇ ਵਿੱਚ ਬਾਬਾ ਜੀ ਨੇ ਬੜੀ ਡਿਟੇਲ ਦੇ ਵਿੱਚ ਦੱਸਿਆ ਕਿ ਅਸੀਂ ਪਹਿਲੀ ਤਾਰੀਖ ਨੂੰ ਨੰਦੇੜ ਸਾਹਿਬ ਜਾ ਰਹੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਮਿਲਣੀ ਹੋਈ ਆ ਉਸ ਦੇ ਸੰਬੰਧ ਦੇ ਵਿੱਚ, ਔਰ ਇਹਨਾਂ ਨੇ ਸਾਰੀ ਡਿਟੇਲ ਦੇ ਵਿੱਚ ਦੱਸਿਆ। ਮੈਂ ਇਹਨਾਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ, ਕਿਉਂਕਿ 18 ਸਾਲ ਹੋ ਗਏ ਇਹਨਾਂ ਨੂੰ ਉੱਥੇ ਜਾਂਦਿਆਂ ਨੂੰ। ਔਰ ਜਦੋਂ ਵੀ ਅਸੀਂ ਕਿਸੇ ਮਤਲਬ ਆਪ ਤੋਂ ਵੱਡੇ ਜਾਂ ਜਿਹੜੇ ਸ਼ਹੀਦ ਹੁੰਦੇ ਨੇ ਜਾਂ ਮਤਲਬ ਸਤਿਕਾਰਯੋਗ ਹੁੰਦੇ ਇਹਨਾਂ ਨੂੰ ਯਾਦ ਰੱਖਾਂਗੇ ਤਾਂ ਸਾਡੀ ਕੌਮ ਦੇ ਵਿੱਚ ਵੀ ਉਹਦਾ ਵੱਡਾ ਮਤਲਬ ਬੈਨੀਫਿਟ ਮਿਲੂਗਾ। ਅੱਜ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਜੱਥਾ ਲੈ ਕੇ ਜਾ ਰਹੇ ਨੇ। ਮੈਨੂੰ ਇਸ ਗੱਲ ਦੀ ਬਹੁਤ ਬਹੁਤ ਆਪਣੇ ਕੰਨਿਓ ਮੁਬਾਰਕਬਾਦ। ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਬੜਾ ਸੋਚ ਸਮਝ ਕੇ ਫੈਸਲਾ ਕੀਤਾ, ਬਿਲਕੁਲ ਕਾਫੀ ਦੇਰ ਤੋਂ ਡਿਮਾਂਡ ਵੀ ਸੀਗੀ ਗੱਲ, ਸਮਝੌਤੇ ਰੱਦ ਵੀ ਹੋਣੇ ਚਾਹੀਦੇ ਨੇ ਗੱਲ, ਔਰ ਅਸੀਂ ਲੋਕਾਂ ਨਾਲ ਵਾਅਦਾ ਵੀ ਕੀਤਾ ਕਿ ਹੁਣ 5 ਰੁਪਏ 'ਤੇ ਬਿਜਲੀ ਦੇਵਾਂਗੇ ਰੇਟ 'ਤੇ, ਔਰ ਇਹ ਸਮਝੌਤਿਆਂ ਦੇ ਰਾਹੀਂ ਜੇ ਅਸੀਂ ਬਾਹਰੋਂ ਬਿਜਲੀ ਲਵਾਂਗੇ ਸਾਨੂੰ ਸਸਤੀ ਮਿਲੂਗੀ ਅਤੇ 5 ਰੁਪਏ ਰੇਟ 'ਤੇ ਜਿਹੜੀ ਬਿਜਲੀ ਦਿੱਤੀ ਜਾਊਗੀ। ਸਰ ਕਿਹਾ ਗਿਆ ਵੀ ਅਲੱਗ ਅਲੱਗ ਜਿਹੜੇ ਸਮਝੌਤੇ ਆ, ਅਲੱਗ ਅਲੱਗ ਤਰੀਕੇ ਨਾਲ ਜਾਂ ਜਿਹੜੀਆਂ ਨੇ ਸ਼ਰਤਾਂ ਲਾਗੂਆਂ ਨੂੰ ਕਿਹਾ ਗਿਆ ਵੀ ਜਿਹੜੇ ਪਾਵਰ ਪਲਾਂਟ ਨੇ ਉਹਨਾਂ ਨੂੰ ਅਲੱਗ ਅਲੱਗ ਭੇਜੇ ਜਾਣਗੇ ਨੋਟਿਸ। ਦੇਖੋ, ਪਾਵਰ ਪਲਾਂਟਾਂ ਨਾਲ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਜਿਸ ਤਰ੍ਹਾਂ ਦੇ ਸਮਝੌਤੇ ਕੀਤੇ ਨੇ ਉਹਦਾ ਜੋ ਜੋ ਐਗਰੀਮੈਂਟ ਆ ਉਹਦੇ ਹਿਸਾਬ ਨਾਲ ਉਹਨਾਂ ਨੋਟਿਸ ਦਿੱਤੇ ਜਾਣਗੇ। ਗੱਲ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਕੀਤੀ ਜਾ ਰਹੀ ਸੀ, ਪਰ 4.5 ਸਾਲ ਬੀਤ ਜਾਣ ਤੋਂ ਬਾਅਦ ਜਿਹੜੇ ਸਮਝੌਤੇ ਇਹ ਰੱਦ ਕੀਤੇ ਜਾ ਰਹੇ ਨੇ, ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਵੀ ਇਸ ਚੀਜ਼ ਨੂੰ ਲੈ ਕੇ ਲਗਾਤਾਰ ਆਵਾਜ਼ ਉਠਾ ਰਹੇ ਨੇ। ਦੇਖੋ, ਇਸ ਤਰ੍ਹਾਂ ਹੁੰਦਾ, ਸਾਡੇ ਜਿਹੜੇ ਵਾਅਦੇ ਕਰੇ ਹੁੰਦੇ ਨੇ 5 ਸਾਲ ਦਾ ਪੀਰੀਅਡ 'ਚ ਹੁੰਦਾ ਗਾ। ਪਹਿਲਾਂ ਤਾਂ ਸਾਨੂੰ 2 ਸਾਲ ਆਪਣਾ ਪੈਸੇ ਇਕੱਠੇ ਕਰਦੇ ਹੁਣ ਲੱਗ ਗਏ, ਫਿਰ ਅਸੀਂ ਡਿਵੈਲਪਮੈਂਟ ਵਾਲੇ ਪਾਸੇ ਲੱਗੇ, ਫਿਰ ਜਿਹੜੇ ਹੋਰ ਬਾਕੀ ਲੋਕਾਂ ਦੀ ਡਿਮਾਂਡ ਸੀਗੀ ਉਹਨਾਂ ਨੂੰ ਅਸੀਂ ਇਸ ਗੱਲ ਦਾ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਹੜਾ ਬਾਕੀ ਦਾ ਸਮਾਂ ਰਹਿੰਦਾ ਉਹਦੇ ਵਿੱਚ ਜਿੰਨੇ ਵੀ ਅਸੀਂ ਸਾਡੇ ਵਾਅਦੇ ਕੀਤੇ ਹੋਣ ਅਸੀਂ ਪੂਰੇ ਕਰਾਂਗੇ। ਸਰ, ਇੱਕ ਨਵਜੋਤ ਸਿੰਘ ਸਿੱਧੂ ਦਾ ਕੱਲ੍ਹ ਬਿਆਨ ਆਇਆ ਸੀ ਵੀ ਇੱਟ ਨਾ ਇੱਟ ਖੜਕਾਉਣ ਵਾਲਾ ਬਿਆਨ, ਉਸ ਨੂੰ ਕਿਸੇ ਦੇਖੋ ਉਹਨਾਂ ਦੀ ਆਪਣੀ ਪਰਸਨਲ ਰਾਇ ਹੈ, ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਅਤੇ ਜੇ ਸਮਝੌਤੇ ਰੱਦ ਹੁੰਦੇ ਕਿਤੇ ਬਿਜਲੀ ਸੰਕਟ ਤਾਂ ਨਹੀਂ ਪੰਜਾਬ ਦੇ ਵਿੱਚ ਫਿਰ ਤੋਂ ਪੈਦਾ? ਨਹੀਂ, ਸੰਕਟ ਨਹੀਂ ਕੋਈ ਪੈਦਾ ਹੁੰਦਾ। ਮਤਲਬ ਇਹਦਾ ਕੋਈ ਨਾ ਕੋਈ ਪਹਿਲੀ ਪੁੱਖਾ ਹੱਲ ਜਿਹੜਾ ਕੀਤਾ ਗਿਆ? ਦੇਖੋ, ਪਹਿਲਾਂ ਬਾਹਰੋਂ ਬਿਜਲੀ ਬੜੀ ਮਤਲਬ ਸਸਤੇ ਰੇਟ 'ਤੇ ਮਿਲਦੀ ਹੈ, ਪੂਲ ਦੇ ਵਿੱਚ ਬਿਜਲੀ ਲੈ ਲਾਂਗੇ ਅਸੀਂ, ਜਿੰਨਾ ਅਸੀਂ ਮਤਲਬ ਥਰਮਲ ਵੰਡਣ ਨੂੰ ਪੈਸੇ ਦਿੰਦੇ ਉਦੋਂ ਘੱਟ ਪੈਸਾ ਖਰਚਾਂਗਾ। ਮੇਰੇ ਖਿਆਲ ਦੇ ਮੁਤਾਬਕ ਬਾਹਰੋਂ ਤਕਰੀਬਨ 2.32 ਰੁਪਏ 2.35 ਰੁਪਏ ਯੂਨਿਟ ਮਿਲਦੀ ਹੈ ਬਿਜਲੀ, ਪਰ ਅਸੀਂ ਉਹ ਖਰੀਦ ਕੇ ਲੋਕਾਂ ਨੂੰ ਦੇਵਾਂਗੇ। ਲੋਕਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਫਾਇਦਾ ਮਿਲ ਜੂਗਾ ਇਸ ਚੀਜ਼ ਦਾ? ਬਿਲਕੁਲ ਮਿਲੂਗਾ ਜੀ, ਜਦੋਂ ਬਿਜਲੀ ਸਸਤੇ ਰੇਟ 'ਤੇ ਮਿਲੂਗੀ ਲੋਕਾਂ ਸਸਤੇ ਰੇਟ 'ਤੇ ਬਿਜਲੀ ਦਿੱਤੀ ਜਾਵੇਗੀ। 5 ਰੁਪਏ ਰੇਟ ਕਿਹਾ ਜੀ ਸਾਡੀ ਸਰਕਾਰ ਨੇ, 5 ਰੁਪਏ ਰੇਟ ਦੇਵਾਂਗੇ। ਪਰ ਲੋਕਾਂ ਦਾ ਕਹਿਣਾ ਸਰਕਾਰ ਹੁਣ ਵੀ ਇਹਨਾਂ ਦੀ ਹਜੇ ਤਾਂ ਕੀਤਾ ਨਹੀਂ, ਬਾਅਦ 'ਚ ਵੀ ਕਰਨਾ ਵੀ 3 ਰੁਪਏ ਸਰਕਾਰ ਹੁਣ ਜਿਵੇਂ ਸਿੱਧੂ ਸਾਹਿਬ ਕਹਿੰਦੇ ਵੀ ਅਗਲੀ ਇਲੈਕਸ਼ਨ ਤੋਂ ਬਾਅਦ ਜਿਹੜੀ 3 ਰੁਪਏ ਕੀਤੀ ਉਹ ਕੀ ਲੱਗਦਾ ਬਾਜੀ? ਚੋਣ ਮੈਨੂਫੈਸਟੋ ਆਊਗਾ, ਫਿਰ ਉਹਦੇ ਵਿੱਚ ਜਿਹੜਾ ਬਣ ਕੇ ਆਊਗਾ ਫਿਰ ਉਹ ਜਿਹੜੀਆਂ ਹੋਣਗੀਆਂ ਉਹ ਅਗਲੇ ਸਾਲ 'ਚ ਲਾਗੂ ਕਰਾਂਗੇ ਉਹਨਾਂ ਨੂੰ ਕਰਦੇ। ਠੀਕ ਹੈ।